ਪੈਨ ਕਾਰਡ ਸਾਡੇ ਇੰਪੋਰਟੈਂਟ ਡਾਕੂਮੈਂਟਸ ਦੇ ਵਿੱਚੋਂ ਇੱਕ ਇੰਪੋਰਟੈਂਟ ਡਾਕੂਮੈਂਟ ਹੈ, ਪਰ ਜਦੋਂ ਪੈਨ ਕਾਰਡ ਬਣਵਾਉਣ ਦਾ ਸਵਾਲ ਆਉਂਦਾ ਤਾਂ ਸਾਰੇ ਸੋਚਦੇ ਨੇ ਕਿ ਥੋੜ੍ਹਾ ਟਾਈਮ ਰੁੱਕ ਕੇ ਬਣਵਾ ਲਵਾਂਗੇ, ਬਹੁਤ ਲੰਬਾ ਪ੍ਰੋਸੈਸ ਹੈ, ਕੌਣ ਸੇਵਾ ਕੇਂਦਰ ਦੇ ਵਿੱਚ ਜਾਏਗਾ, ਅਪਲਾਈ ਕਰੇਗਾ ਅਤੇ ਫਿਰ ਲੰਬੀ ਉਡੀਕ ਕਰੇਗਾ। ਪਰ ਤੁਹਾਨੂੰ ਜੇ ਆਪਣਾ ਪੈਨ ਕਾਰਡ ਅਪਲਾਈ ਕਰਨਾ ਹੈ ਤਾਂ ਹੁਣ ਲੰਬੇ ਇੰਤਜ਼ਾਰ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਹੁਣ ਤੁਸੀਂ ਘਰ ਬੈਠੇ ਹੀ ਕੁਝ ਹੀ ਮਿੰਟਾਂ ਦੇ ਵਿੱਚ ਬਿਲਕੁਲ ਮੁਫਤ ਆਪਣਾ ਪੈਨ ਕਾਰਡ ਅਪਲਾਈ ਕਰ ਸਕਦੇ ਹੋ। ਅਤੇ ਇਸਦਾ ਤਰੀਕਾ ਕੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਦੱਸਾਂਗੇ। ਜੀ ਹਾਂ, ਤੁਹਾਨੂੰ ਦੱਸਦੇ ਹਾਂ ਕਿ ਪੈਨ ਕਾਰਡ ਨੂੰ ਤੁਸੀਂ ਅਪਲਾਈ ਕਿੱਦਾਂ ਕਰਨਾ। ਜੀ ਹਾਂ, ਤੁਸੀਂ ਈ ਪੈਨ ਦੇ ਲਈ ਘਰ ਬੈਠੇ ਹੀ ਅਪਲਾਈ ਕਰ ਸਕਦੇ ਹੋ, ਅਤੇ ਤੁਸੀਂ ਇਹ ਈ ਪੈਨ ਦਾ ਇਸਤੇਮਾਲ ਕਿਤੇ ਵੀ ਕਰ ਸਕਦੇ ਹੋ, ਕਿਉਂਕਿ ਇਹ ਜਿਹੜਾ ਈ ਪੈਨ ਤੁਹਾਡੇ ਕੋਲ ਫੋਨ 'ਤੇ ਡਾਊਨਲੋਡ ਹੋ ਕੇ ਆਵੇਗਾ ਅਤੇ ਤੁਸੀਂ ਇਹਦਾ ਪ੍ਰਿੰਟ ਆਊਟ ਨਿਕਲਵਾ ਕੇ ਹਰ ਉਸ ਜਗ੍ਹਾ 'ਤੇ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਇਸਦੀ ਇੰਪੋਰਟੈਂਸ ਵੀ ਬਿਲਕੁਲ ਸੇਮ ਜਿਹੜਾ ਓਰਿਜਿਨਲ ਪੈਨ ਕਾਰਡ ਹੁੰਦਾ ਉਸਦੇ ਵਾਂਗ ਹੀ ਹੁੰਦੀ ਹੈ। ਜੀ ਹਾਂ, ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਈ ਪੈਨ ਹੈ ਉਸਨੂੰ ਬਣਵਾਉਣਾ ਕਿੱਦਾਂ। ਇਸਨੂੰ ਬਣਵਾਉਣ ਦੇ ਲਈ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਪ੍ਰੋਸੈਸ ਨਹੀਂ ਹੈ, ਬਹੁਤ ਹੀ ਸਿੰਪਲ ਜਿਹਾ ਪ੍ਰੋਸੈਸ ਹੈ। ਅਤੇ ਇਸ ਪ੍ਰੋਸੈਸ ਨੂੰ ਸ਼ੁਰੂ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਇਨਕਮ ਟੈਕਸ ਦੀ ਈ ਫਾਈਲਿੰਗ ਵੈਬਸਾਈਟ 'ਤੇ ਜਾਣਾ ਹੈ। ਈ ਫਾਈਲਿੰਗ ਵੈਬਸਾਈਟ ਜਿਹੜੀ ਹੈ incometax.gov.in, ਅਤੇ ਇਸ 'ਤੇ ਜਾ ਕੇ ਤੁਹਾਡੇ ਕੋਲ ਸਾਈਟ 'ਤੇ ਇੱਕ ਮੈਨਿਊ ਸ਼ੋ ਹੋ ਰਿਹਾ ਹੋਏਗਾ ਅਤੇ ਉੱਥੇ ਤੁਸੀਂ ਮੈਨਿਊ ਦੇ ਵਿੱਚੋਂ ਇੱਕ ਆਪਸ਼ਨ ਸਿਲੈਕਟ ਕਰਨੀ ਹੈ, ਇੰਸਟੈਂਟ ਈ ਪੈਨ। ਜੀ ਹਾਂ, ਜਦੋਂ ਤੁਸੀਂ ਇਹ ਆਪਸ਼ਨ ਸਿਲੈਕਟ ਕਰ ਲਉਂਗੇ, ਇਹ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਅੱਗੇ ਤੁਹਾਨੂੰ ਦੋ ਹੋਰ ਆਪਸ਼ਨ ਸ਼ੋ ਹੋ ਰਹੀਆਂ ਨੇ, ਅਤੇ ਉਹ ਦੋ ਆਪਸ਼ਨਸ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਗੈਟ ਨਿਊ ਈ ਪੈਨ ਅਤੇ ਦੂਜੀ ਹੈ ਕਿ ਗੈਟ ਦੀ ਅਪਡੇਟ ਆਫ ਅਪਲਾਈਡ ਈ ਪੈਨ। ਜੀ ਹਾਂ, ਇਹਦਾ ਮਤਲਬ ਹੈ ਕਿ ਜਿਹੜਾ ਤੁਸੀਂ ਈ ਪੈਨ ਅਪਲਾਈ ਕੀਤਾ ਹੋਇਆ ਸੀ ਉਸਦਾ ਸਟੇਟਸ ਚੈੱਕ ਕਰ ਲਓ ਕਿ ਉਹ ਕਿਤੇ ਹਜੇ ਬਣ ਕੇ ਆਇਆ ਹੈ ਜਾਂ ਉਸਨੂੰ ਕਿੰਨਾ ਟਾਈਮ ਲੱਗੇਗਾ। ਅਤੇ ਤੁਸੀਂ ਹਜੇ ਨਵਾਂ ਬਣਵਾਉਣਾ ਤਾਂ ਤੁਸੀਂ ਪਹਿਲੀ ਆਪਸ਼ਨ ਸਿਲੈਕਟ ਕਰੋਗੇ, ਗੈਟ ਨਿਊ ਈ ਪੈਨ, ਅਤੇ ਉਹ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਤੋਂ ਅੱਗੇ ਤੁਹਾਡਾ ਆਧਾਰ ਕਾਰਡ ਨੰਬਰ ਮੰਗਣਗੇ, ਅਤੇ ਉਹ ਆਧਾਰ ਕਾਰਡ ਨੰਬਰ ਜਿਹੜਾ ਤੁਸੀਂ ਭਰਨਾ ਹੈ, ਕਨਫਰਮ ਕਰਨਾ ਹੈ, ਕੰਟੀਨਿਊ ਕਰਨਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਅੱਗੇ ਕੁਝ ਟਰਮਸ ਐਂਡ ਕੰਡੀਸ਼ਨਸ ਆਉਣਗੀਆਂ, ਅਤੇ ਉਹ ਟਰਮਸ ਐਂਡ ਕੰਡੀਸ਼ਨਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ, ਪੜ੍ਹਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਐਗਰੀ ਕਰਨਾ, ਅਤੇ ਉਹ ਐਗਰੀ ਕਰਨ ਤੋਂ ਬਾਅਦ ਫਿਰ ਅੱਗੇ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਏਗਾ, ਅਤੇ ਉਹ OTP ਤੁਸੀਂ ਜਦੋਂ ਭਰੋਗੇ ਉਸ ਤੋਂ ਬਾਅਦ ਫਿਰ ਜਦੋਂ ਨੈਕਸਟ ਸਤੋਂ ਦਾ ਆਪਸ਼ਨ ਦੱਬੋਗੇ, ਕੰਟੀਨਿਊ ਦਾ ਬਟਨ ਦੱਬੋਗੇ, ਤਾਂ ਅੱਗੇ ਤੁਹਾਡੇ ਕੋਲ ਤੁਹਾਡੀ ਸਾਰੀ ਡਿਟੇਲ ਆ ਜਾਵੇਗੀ ਜਿਹੜੀ ਤੁਸੀਂ ਆਪਣੇ ਆਧਾਰ ਕਾਰਡ 'ਤੇ ਭਰੀ ਹੋਏਗੀ। ਪਰ ਜੇਕਰ ਤੁਹਾਡੀ ਕੋਈ ਵੀ ਚੀਜ਼ ਜਾਂ ਤੁਹਾਡਾ ਫੋਨ ਨੰਬਰ, ਈਮੇਲ, ਕੋਈ ਵੀ ਚੀਜ਼ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕਡ ਨਹੀਂ ਹੈ, ਤਾਂ ਉੱਥੇ ਤੁਹਾਨੂੰ ਆਪਸ਼ਨ ਆਏਗੀ ਕਿ ਤੁਸੀਂ ਉਸਨੂੰ ਐਡ ਕਰ ਸਕਦੇ ਹੋ, ਕਿ ਜਿਵੇਂ ਸਾਡੇ ਕੋਲ ਸਾਹਮਣੇ ਆਇਆ ਇੱਥੇ ਸਾਡਾ ਈਮੇਲ ਮਿਸਿੰਗ ਹੈ, ਅਤੇ ਅਸੀਂ ਈਮੇਲ ਨੂੰ ਇੱਥੇ ਐਡ ਕਰਾਂਗੇ, ਅਤੇ ਜਦੋਂ ਅਸੀਂ ਆਪਣੀ ਈਮੇਲ ID ਭਰ ਦੇਵਾਂਗੇ ਅਤੇ ਈਮੇਲ ID ਭਰਨ ਤੋਂ ਬਾਅਦ ਫਿਰ ਸਾਡੀ ਈਮੇਲ ਨੂੰ ਵੈਰੀਫਾਈ ਕੀਤਾ ਜਾਏਗਾ, ਅਤੇ ਉਸ 'ਤੇ ਵੀ ਇੱਕ OTP ਆਏਗਾ, ਅਤੇ OTP ਅਸੀਂ ਇੱਥੇ ਭਰਨਾ, ਇੱਥੇ ਭਰਨ ਤੋਂ ਬਾਅਦ ਫਿਰ ਅਸੀਂ ਅੱਗੇ ਕਨਫਰਮ ਦਾ ਬਟਨ ਦੱਬਣਾ, ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਹ ਕਨਫਰਮ ਦਾ ਬਟਨ ਦੱਬ ਦੇਵਾਂਗੇ ਫਿਰ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਪੜ੍ਹਨਾ ਹੈ, ਅਤੇ ਉਹ ਟਰਮਸ ਐਂਡ ਕੰਡੀਸ਼ਨਸ ਨੂੰ ਫਿਰ ਅਸੀਂ ਐਗਰੀ ਕਰਨਾ, ਅਤੇ ਉਸ ਤੋਂ ਬਾਅਦ ਸਾਡੀ ਪੈਨ ਕਾਰਡ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਡਨ ਹੋ ਜਾਏਗੀ। ਅਤੇ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਉੱਥੇ ਜਦੋਂ ਤੁਹਾਡੀ ਐਪਲੀਕੇਸ਼ਨ ਡਨ ਹੋਏਗੀ ਤਾਂ ਅੱਗੇ ਤੁਹਾਨੂੰ ਇੱਕ ਐਕਨੋਲਜਮੈਂਟ ਨੰਬਰ ਦਿਖਾਈ ਦੇ ਰਿਹਾ ਹੋਏਗਾ, ਤੁਸੀਂ ਉਹ ਐਕਨੋਲਜਮੈਂਟ ਨੰਬਰ ਨੂੰ ਬਹੁਤ ਹੀ ਧਿਆਨ ਦੇ ਨਾਲ ਪੜ੍ਹ ਲੈਣਾ, ਅਤੇ ਉਸਨੂੰ ਆਪਣੇ ਦਿਮਾਗ ਦੇ ਵਿੱਚ ਰੱਖਣਾ, ਯਾਦ ਰੱਖਣਾ, ਅਤੇ ਉਸ ਤੋਂ ਬਾਅਦ ਤੁਹਾਨੂੰ 10 ਮਿੰਟਾਂ ਦੇ ਵਿੱਚ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਨੋਟੀਫਿਕੇਸ਼ਨ ਆਏਗੀ ਕਿ ਤੁਹਾਡਾ ਈ ਪੈਨ ਬਣ ਕੇ
ਤਿਆਰ ਹੈ। ਤੇ ਜਦੋਂ ਤੁਹਾਨੂੰ SMS ਦੇ ਵਿੱਚ ਨੋਟੀਫਿਕੇਸ਼ਨ ਆਏਗੀ ਤਾਂ ਤੁਸੀਂ ਫੇਰ ਹੋਮ ਤੇ ਜਾਓਗੇ, ਜਿਹੜਾ ਸਭ ਤੋਂ ਪਹਿਲਾ ਮੈਨਿਊ ਸੀ ਤੁਸੀਂ ਉਸ 'ਤੇ ਜਾਓਗੇ, ਤੇ ਉਸ ਤੋਂ ਬਾਅਦ ਜਿਹੜੀ ਦੂਜੀ ਆਪਸ਼ਨ ਹੈ ਚੈੱਕ ਦੀ ਸਟੇਟਸ ਵਾਲੀ, ਤੁਸੀਂ ਉਹ ਚੈੱਕ ਦੀ ਸਟੇਟਸ ਆਪਸ਼ਨ 'ਤੇ ਕਲਿੱਕ ਕਰੋਗੇ, ਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰਨਾ। ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਤੁਹਾਨੂੰ ਅੱਗੇ ਫਿਰ ਇਨਫੋਰਮੇਸ਼ਨ ਸ਼ੋਅ ਹੋ ਰਹੀ ਹੈ ਕਿ ਤੁਹਾਡਾ ਈ-ਪੈਨ ਬਣ ਕੇ ਤਿਆਰ ਹੈ, ਤੇ ਤੁਸੀਂ ਉਸਨੂੰ ਡਾਊਨਲੋਡ ਕਰ ਸਕਦੇ ਹੋ। ਜੀ ਹਾਂ, ਤੇ ਉਸਦੇ ਵਿੱਚ ਤੁਸੀਂ ਜਦੋਂ ਡਾਊਨਲੋਡ ਕਰਨ ਲੱਗੋਗੇ ਤਾਂ ਅੱਗੇ ਤੁਹਾਡੇ ਤੋਂ ਉਹ ਪਾਸਵਰਡ ਮੰਗਣਗੇ, ਤੇ ਉਹ ਜਦੋਂ ਪਾਸਵਰਡ ਮੰਗਣਗੇ, ਉਹ ਪਾਸਵਰਡ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਸੋਚਣ ਦੀ ਲੋੜ ਨਹੀਂ ਕਿ ਪਤਾ ਨਹੀਂ ਇਹਦਾ ਪਾਸਵਰਡ ਕੀ ਹੋਏਗਾ। ਉਹ ਪਾਸਵਰਡ ਹੈ ਤੁਹਾਡੀ ਬਰਥ ਡੇਟ। ਜੀ ਹਾਂ, ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਅਸੀਂ ਬਰਥ ਡੇਟ ਦਿਖਾ ਰਹੇ ਹਾਂ ਬਿਨਾਂ ਕਿਸੇ ਸਪੇਸ ਤੋਂ ਜਾਂ ਬਿਨਾਂ ਕਿਸੇ ਆਈਕਨ ਤੋਂ, ਬਿਲਕੁਲ ਉਸ ਤਰੀਕੇ ਦੇ ਨਾਲ ਹੀ ਤੁਸੀਂ ਆਪਣੀ ਬਰਥ ਡੇਟ ਉੱਥੇ ਫਿਲ ਕਰਨੀ ਹੈ, ਅਤੇ ਤੁਹਾਡਾ ਈ-ਪੈਨ